ਅੱਜ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਵੱਲੋਂ ਨਗਰ ਨਿਗਮ ਟਾਊਨ ਹਾਲ ਵਿਖੇ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਫੈਡਰੇਸ਼ਨ ਦੇ ਸਕੱਤਰ ਸੰਨੀ ਸਹੋਤਾ ਨੇ ਕਿਹਾ ਕਿ ਇਹ ਮੀਟਿੰਗ ਸਾਰਿਆਂ ਵਾਰਡਾਂ ਦੇ ਸੈਨੇਟਰੀ ਸੁਪਰਵਾਈਜ਼ਰ ਬੁਲਾ ਕੇ ਕੀਤੀ ਗਈ ਹੈ ਅਤੇ ਫੈਡਰੇਸ਼ਨ ਵੱਲੋਂ ਸੋਮਵਾਰ ਨੂੰ ਕੀਤੀ ਜਾ ਰਹੀ ਹੜਤਾਲ ਬਾਰੇ ਦੱਸਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਅਸੀਂ ਸਾਰੇ ਸੁਪਰਵਾਈਜ਼ਰਾਂ ਨੂੰ ਹਦਾਇਤ ਦਿੱਤੀ ਹੈ ਕਿ ਉਹ ਆਪਣੇ ਵਾਰਡਾਂ ਵਿੱਚੋਂ ਸਾਰੇ ਮੁਲਾਜ਼ਮਾਂ ਨੂੰ ਸੋਮਵਾਰ ਸਵੇਰੇ 9 ਵਜੇ ਕਾਰਪੋਰੇਸ਼ਨ ਦਫ਼ਤਰ ਲਿਆ ਕੇ ਆਉਣ, ਜਿਸ ਨਾਲ ਹੜਤਾਲ ਨੂੰ ਕਾਮਯਾਬ ਬਣਾਇਆ ਜਾ ਸਕੇ। ਉਹਨਾਂ ਨੇ ਇਹ ਵੀ ਕਿਹਾ ਕਿ ਕਿਸੇ ਵੀ ਮੰਤਰੀ ਤੋਂ ਡਰਿਆ ਨਾ ਜਾਵੇ, ਸਾਰੀ ਯੂਨੀਅਨ ਉਹਨਾਂ ਦੇ ਨਾਲ ਖੜੀ ਹੈ। ਉਹਨਾਂ ਨੇ ਮੀਟਿੰਗ ਵਿੱਚ ਮੰਤਰੀਆਂ ਵੱਲੋਂ ਯੂਨੀਅਨ ਨਾਲ ਕੀਤੀ ਗਈ ਬਸਲੋਕੀ ਦਾ ਮੁੱਦਾ ਵੀ ਚੁੱਕਿਆ। ਸਰ, ਕੀ ਨਾਮ ਆਪਣਾ? ਸੰਨੀ ਸੋਤਾ, ਸਕੱਤਰ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ। ਅੱਜ ਦੀ ਜਿਹੜੀ ਇਹ ਮੀਟਿੰਗ ਨਗਰ ਨਿਗਮ ਜਲੰਧਰ ਦੇ ਟਾਊਨ ਹਾਲ ਵਿੱਚ ਸੈਂਟਰੀ ਸਾਰੀਆਂ ਵਾਰਡਾਂ ਦੇ ਸੈਂਟਰੀ ਸੁਪਰਵਾਈਜ਼ਰ 80 ਵਾਰਡਾਂ ਦੇ ਉਹਨਾਂ ਨੂੰ ਬੁਲਾ ਕੇ ਕੀਤੀ ਗਈ ਹੈ। ਅੱਜ ਦੀ ਮੀਟਿੰਗ ਦਾ ਵਿਸ਼ਾ ਸੀਗਾ ਜਿਹੜੀ ਸੋਮਵਾਰ ਤੋਂ ਅਸੀਂ ਹੜਤਾਲ ਕਰਨ ਜਾ ਰਹੇ ਹਾਂ। ਸੁਪਰਵਾਈਜ਼ਰਾਂ ਨੂੰ ਯੂਨੀਅਨ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਕਿ ਪਹਿਲੇ ਦੀ ਤਰ੍ਹਾਂ ਆਪਣੀ ਆਪਣੀ ਵਾਰਡ 'ਚੋਂ ਸਾਰੇ ਹੀ ਮੁਲਾਜ਼ਮ 9 ਵਜੇ ਸਵੇਰੇ ਸੋਮਵਾਰ ਇੱਥੇ ਕਾਰਪੋਰੇਸ਼ਨ ਦਫ਼ਤਰ ਲੈ ਕੇ ਆਉਣੇ ਆ, ਤਾਂ ਕਿ ਜੋ ਹੜਤਾਲ ਨੂੰ ਕਾਮਯਾਬ ਬਣਾਇਆ ਜਾਵੇ ਅਤੇ ਕਿਸੇ ਤੋਂ ਡਰਨ ਦੀ ਤਾਂ ਘਬਰਾਉਣ ਦੀ ਲੋੜ ਨਹੀਂ। ਯੂਨੀਅਨ ਉਹਨਾਂ ਦੇ ਨਾਲ ਹੈ, ਸਮਾਜ ਸਾਰਾ ਨਾਲ ਹੈ, ਅਤੇ ਕਿਸੇ ਤੋਂ ਵੀ ਨਹੀਂ ਘਬਰਾਉਣਾ। ਕੋਈ MLA ਕੋਈ ਕੌਂਸਲਰ ਹੋਵੇ, ਅਸੀਂ ਆਪਣੀ ਗੱਲ ਰੱਖਣੀ ਹੈ ਅਤੇ ਰੱਖਣੀ ਹੈ। ਅਤੇ ਸੋਮਵਾਰ ਤੋਂ ਹੜਤਾਲ ਕੀਤੀ ਜਾਵੇਗੀ ਨਗਰ ਨਿਗਮ ਜਲੰਧਰ ਦੀ। ਸਾਰਾ ਦਫ਼ਤਰ ਵੀ, ਸਾਰਾ ਸਟਾਫ, ਦਫ਼ਤਰੀ ਸਟਾਫ ਵੀ ਸਾਰਾ ਸਾਡੇ ਨਾਲ ਹੈ। ਸਾਰੀਆਂ ਜਥੇਬੰਦੀਆਂ ਨੇ ਇਹ ਫੈਸਲਾ ਲਿਆ ਹੈ, ਜਿਹੜਾ ਕਿ ਚਾਰੇ ਵਿਧਾਇਕਾਂ ਨੇ ਉਦਣ ਬਦਸਲੂਕੀ ਕੀਤੀ ਹੈ। ਜੇ ਕਾਰਪੋਰੇਸ਼ਨ ਦਫ਼ਤਰ ਉਹ ਆਏ ਸੀ ਅਤੇ ਗੱਲ ਸੁਣਨ 'ਚ ਉਹਨਾਂ ਦਾ ਕੁਛ ਨਹੀਂ ਸੀ ਜਾਂਦਾ, ਕੋਈ ਇੱਜ਼ਤ ਨਹੀਂ ਸੀ ਘਟਣ ਲੱਗੀ। ਅਸੀਂ ਤਾਂ ਸਿਰਫ ਆਪਣੀ ਗੱਲ ਰੱਖਣੀ ਸੀ ਕਿ ਸਾਨੂੰ ਸੈਲਰੀ ਨਹੀਂ ਮਿਲ ਰਹੀ, ਤਨਖਾਹ ਲੇਟ ਹੋ ਰਹੀ ਹੈ ਅਤੇ ਘਰਾਂ ਦਾ ਗੁਜ਼ਾਰਾ ਸਾਰਿਆਂ ਦਾ ਮੁਸ਼ਕਲ ਹੋ ਰਿਹਾ ਆ। ਉਹਨਾਂ ਨੇ ਪਤਾ ਨਹੀਂ ਉਹਨਾਂ ਨੇ ਕੀ ਧੌਣ 'ਚ ਸਰੀ ਆਇਆ ਵੀ ਉਹ ਗੱਲ ਸੁਣਨੀ ਵੀ ਨਹੀਂ ਸਾਡੀ। ਉਹਨਾਂ ਨੇ ਚੰਗੀ ਸਮਝੀ ਅਤੇ ਉੱਤਰ ਕੇ ਨੀਚੇ ਚਲ ਗਏ, ਥੱਲੇ ਜਾ ਕੇ ਸਾਡੇ ਮੁਲਾਜ਼ਮਾਂ ਨਾਲ ਬਹਿਸੇ, ਗਲਤ ਬਿਹੇਵ ਕੀਤਾ। ਉਸ ਕਰਕੇ ਸੋਮਵਾਰ ਤੋਂ ਹੜਤਾਲ ਹੈ। ਅਗਰ ਇਹ ਕਿਸੇ ਸੋਮਵਾਰ ਕਿਸੇ ਸਿੱਟੇ 'ਤੇ ਨਹੀਂ ਪਹੁੰਚੀ ਅਤੇ ਪਹਿਲੀ ਤਰੀਕ ਤੋਂ ਅਸੀਂ ਪੰਜਾਬ ਦੀ ਵੀ ਮੀਟਿੰਗ ਕਾਲ ਕੀਤੀ ਹੈ, ਪੰਜਾਬ ਦੀ ਜਥੇਬੰਦੀਆਂ ਦੀ, ਉਹਦੇ ਵਿੱਚ ਫਿਰ ਹੋਰ ਫੈਸਲਾ ਲਿਆ ਜਾਊਗਾ ਅਤੇ ਸੰਘਰਸ਼ ਹੋਰ ਤੇਜ਼ ਕੀਤਾ ਜਾਊਗਾ।